प्यारे विद्यार्थियों वाहेगुरु जी का खालसा श्री वाहेगुरु जी की फतेह आज ਅਸੀਂ ਵਿਸ਼ਾ ਭੌਤਿਕ ਵਿਗਿਆਨ ਵਿੱਚ ਬਲੈਕ ਹੋਲ ਸਬੰਧੀ ਕੀਤੀਆਂ ਗਈਆਂ ਖੋਜਾਂ ਲਈ ਵਿਗਿਆਨੀਆਂ ਨੂੰ ਮਿਲੇ ਨੋਬਲ ਪ੍ਰਾਈਜ਼ ਬਾਰੇ ਗੱਲ ਕਰਨ ਜਾ ਰਹੇ ਹਾਂ ਪਿਆਰੇ ਵਿਦਿਆਰਥੀਓ 6 ਅਕਤੂਬਰ 2020 ਦਿਨ ਮੰਗਲਵਾਰ ਨੂੰ ਵਿਸ਼ਾ ਭੌਤਿਕ ਵਿਗਿਆਨ ਵਿੱਚ ਬਲੈਕ ਹੋਲ ਥਿਊਰੀ ਉੱਪਰ ਸ਼ਾਨਦਾਰ ਖੋਜ ਕਰਨੀ ਤਿੰਨ ਭੌਤਿਕ ਵਿਗਿਆਨੀ ਨੂੰ ਨੋਬਲ ਪ੍ਰਾਈਜ਼ ਨਾਲ ਸਨਮਾਨਿਤ ਕੀਤਾ ਗਿਆ ਇਹ ਭੌਤਿਕ ਵਿਗਿਆਨੀ ਹਨ ਰੋਜ਼ਰ ਪੈਨਰੋਸ ਰੈਨ하ਰਡ ਗੈਂਸਲ ਅਤੇ ਐਂਡਰੀਆ ਗੇਸ ਰੋਜ਼ਰ ਪੈਨਰੋਸ ਅਤੇ ਰੈਨ하ਰਡ ਗੈਂਸਲ ਦੋਵੇਂ ਮੇਲ ਭੌਤਿਕ ਵਿਗਿਆਨੀ ਹਨ ਜਦੋਂ ਕਿ ਐਂਡਰੀਆ ਗੇਸ ਇੱਕ ਫੀਮੇਲ ਭੌਤਿਕ ਵਿਗਿਆਨੀ ਹੈ ਆਓ ਹੁਣ ਗੱਲ ਕਰਦੇ ਹਾਂ ਉਹਨਾਂ ਖੋਜਾਂ ਲਈ ਜਿਨ੍ਹਾਂ ਕਰਕੇ ਇਹਨਾਂ ਨੂੰ ਨੋਬਲ ਪੁਰਸਕਾਰ ਦਿੱਤਾ ਗਿਆ ਰੋਜ਼ਰ ਪੈਨਰੋਸ ਨੇ ਆਪਣੀ ਖੋਜ ਵਿੱਚ ਇਹ ਸਿੱਧ ਕੀਤਾ ਹੈ ਕਿ ਬਲੈਕ ਹੋਲ ਜਨਰਲ ਥਿਉਰੀ ਆਫ ਰਿਲੇਟਿਵਿਟੀ ਨੂੰ ਫਾਲੋ ਕਰਦਾ ਹੈ ਜਨਰਲ ਥਿਉਰੀ ਆਫ ਰਿਲੇਟਿਵਿਟੀ ਨੂੰ ਸਮਝਣ ਲਈ ਅਸੀਂ ਐਲਬਰਟ ਆਇਨਸਟਾਈਨ ਦੇ ਰਿਲੇਟਿਵਿਟੀ ਇਕੁਏਸ਼ਨ ਦਾ ਉਪਯੋਗ ਕਰ ਸਕਦੇ ਹਾਂ ਜਾਂ ਐਲਬਰਟ ਆਇਨਸਟਾਈਨ ਦੀ ਰਿਲੇਟਿਵਿਟੀ ਥਿਉਰੀ ਨੂੰ ਸਮਝ ਸਕਦੇ ਹਾਂ ਐਲਬਰਟ ਆਇਨਸਟਾਈਨ ਨੇ ਜਦੋਂ ਰਿਲੇਟਿਵਿਟੀ ਇਕੁਏਸ਼ਨ ਬਣਾਈ ਤਾਂ ਉਸ ਅਨੁਸਾਰ ਇਹ ਸੀ ਕਿ ਸ਼ਾਇਦ ਬਲੈਕ ਹੋਲ ਐਗਜ਼ਿਸਟ ਨਹੀਂ ਕਰਦੇ ਪਰ ਬਾਅਦ ਵਿੱਚ ਇਸੇ ਥਿਊਰੀ ਉੱਪਰ ਕੰਮ ਕਰਦੇ ਹਨ ਸਟੀਫਨ ਹਾਕਿੰਗ ਨੇ ਇਹ ਸਿੱਧ ਕੀਤਾ ਕਿ ਬਲੈਕ ਹੋਲ ਐਗਜ਼ਿਸਟ ਕਰਦੇ ਹਨ ਅਤੇ ਅੱਜ ਦੇ ਸਮੇਂ ਦੇ ਵਿੱਚ ਰੋਜ਼ਰ ਪੈਨਰੋਸ ਨੇ ਵੀ ਇਹ ਸਿੱਧ ਕੀਤਾ ਕਿ ਬਲੈਕ ਹੋਲ ਐਗਜ਼ਿਸਟ ਵੀ ਕਰਦੇ ਹਨ ਅਤੇ ਨਾਲ ਦੀ ਨਾਲ ਇਹ ਰਿਲੇਟਿਵਿਟੀ ਥਿਊਰੀ ਨੂੰ ਫਾਲੋ ਵੀ ਕਰਦੇ ਹਨ ਰੋਜ਼ਰ ਪੈਨਰੋਸ ਨੂੰ ਇਕੱਲੇ ਹੀ ਇਸ ਖੋਜ ਦੇ ਲਈ ਨੋਬਲ ਪੁਰਸਕਾਰ ਦਿੱਤਾ ਗਿਆ ਹੈ ਪਿਛਲੀਆਂ ਕੁਝ ਖੋਜਾਂ ਅਨੁਸਾਰ ਇਹ ਵੀ ਦੇਖਿਆ ਗਿਆ ਹੈ ਕਿ ਬਲੈਕ ਹੋਲ ਆਪਸ ਵਿੱਚ ਬਹੁਤ ਹੀ ਅਦਭੁਤ ਤਰੀਕੇ ਨਾਲ ਮਰਜ ਵੀ ਹੋਏ ਹਨ ਆਓ ਹੁਣ ਗੱਲ ਕਰਦੇ ਹਾਂ ਰੈਨਹਾਰਟ ਗੈਂਜ਼ਲ ਅਤੇ ਐਂਡਰਿਆ ਗਿਸਟੀ ਇਹਨਾਂ ਦੋਹਾਂ ਭੌਤਿਕ ਵਿਗਿਆਨੀਆਂ ਨੇ ਮਿਲ ਕੇ ਬਲੈਕ ਹੋਲ ਸੰਬੰਧੀ ਰਿਸਰਚ ਕੀਤਾ ਹੈ ਇਹਨਾਂ ਦੀ ਜਿਸ ਖੋਜ ਲਈ ਇਹਨਾਂ ਨੂੰ ਦੋਹਾਂ ਨੂੰ ਨੋਬਲ ਪ੍ਰਾਈਜ਼ ਮਿਲਿਆ ਉਹ ਇਹ ਸੀ ਦਾ ਡਿਸਕਵਰੀ ਆਫ ਅ ਸੁਪਰ ਮੈਸਿਵ ਕੰਪੈਕਟ ਆਬਜੈਕਟ ਐਟ ਦਾ ਸੈਂਟਰ ਆਫ ਆਵਰ ਗੈਲੈਕਸੀ ਇਹਨਾਂ ਨੇ ਇਹ ਸਿੱਧ ਕੀਤਾ ਹੈ ਕਿ ਸਾਡੀ ਗੈਲੈਕਸੀ ਦੇ ਸੈਂਟਰ ਦੇ ਵਿੱਚ ਸੁਪਰ ਮੈਸਿਵ ਕੰਪੈਕਟ ਆਬਜੈਕਟ ਐਗਜ਼ਿਸਟ ਕਰਦੇ ਹਨ ਆ ਹੁਣ ਅਸੀਂ ਬਲੈਕ ਹੋਲ ਬਾਰੇ ਹੋਰ ਜਾਣਦੇ ਹਾਂ ਕਿ ਬਲੈਕ ਹੋਲ ਕੀ ਹੁੰਦੇ ਹਨ ਆ ਬਲੈਕ ਹੋਲ ਇਸ ਫਾਰਮਡ ਵੈਨ ਸਟਾਰ ਕੋਲਾਪਸ ਐਂਡ ਕੈਨ ਬੀ ਡਿਫਾਈਨਡ ਐਜ਼ ਅ ਸਪੇਸ ਇਨ ਦਾ ਯੂਨੀਵਰਸ ਵਿਦਨ ਐਸਕੇਪ ਵੈਲੋਸਿਟੀ ਸੋ ਸਟਰੋਂਗ ਥੈਟ ਈਵਨ ਲਾਈਟ ਕੈਨ ਨਾਟ ਐਸਕੇਪ ਇਟ ਇਸ ਯੂਨੀਵਰਸ ਵਿੱਚ ਜਿੰਨਾ ਸਤਾਰਿਆਂ ਦਾ ਮਾਸ ਸੂਰਜ ਤੋਂ 20 ਗੁਣਾ ਜ਼ਿਆਦਾ ਹੁੰਦਾ ਹੈ ਉਹ ਜਦ ਕੋਲੈਪਸ ਕਰਦੇ ਹਨ ਜਾਂ ਟੁੱਟਦੇ ਹਨ ਤਾਂ ਉਹ ਬਲੈਕ ਹੋਲ ਦਾ ਰੂਪ ਧਾਰਨ ਕਰਦੇ ਹਨ ਇਹਨਾਂ ਬਲੈਕ ਹੋਲ ਦੀ ਗ੍ਰੈਵਿਟੀ ਇੰਨੀ ਜ਼ਿਆਦਾ ਹੁੰਦੀ ਹੈ ਕਿ ਇਸ ਵਿੱਚ ਲਾਈਟ ਪਾਰਟੀਕਲ ਵੀ ਨਹੀਂ ਨਿਕਲ ਸਕਦੇ ਇਹਨਾਂ ਬਲੈਕ ਹੋਲਸ ਵਿੱਚ ਅਰਬਾਂ ਕਿਲੋਗ੍ਰam ਮਾਸ ਸਮਾ ਸਕਦਾ ਹੈ ਜੋ ਵੀ ਇਹਨਾਂ ਬਲੈਕ ਹੋਲਸ ਦੀ ਗ੍ਰੈਵਿਟੀ ਦੇ ਅੰਡਰ ਚਲਿਆ ਜਾਂਦਾ ਹੈ ਉਹ ਬਲੈਕ ਹੋਲ ਦੇ ਅੰਦਰ ਸਮਾ ਜਾਂਦਾ ਹੈ ਆਬਜੈਕਟ ਬਲੈਕ ਹੋਲ ਦੀ ਜਿਸ ਸਥਾਨ ਵਿੱਚ ਸਮਾਉਣਾ ਸ਼ੁਰੂ ਕਰਦੇ ਹਨ ਉਸ ਸਥਾਨ ਨੂੰ ਬੋਲਦੇ ਹਨ ਸਿੰਗੂਲੈਰਿਟੀ ਤਾਂ ਪਿਆਰੇ ਵਿਦਿਆਰਥੀਓ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਜਾਣਕਾਰੀ ਬਹੁਤ ਵਧੀਆ ਅਤੇ ਦਿਲਚਸਪ ਲੱਗੇਗੀ ਅਤੇ ਇਸ ਦੇ ਨਾਲ ਤੁਹਾਡੇ ਵੀ ਮਨ ਵਿੱਚ ਵਿਗਿਆਨਿਕ ਰੁਚੀਆਂ ਦਾ ਰੁਝਾਨ ਵਧੇਗਾ ਜਿਸ ਨਾਲ ਤੁਹਾਡੇ ਨਾਲ ਨਾਲ ਸਾਡਾ ਦੇਸ਼ ਵੀ ਵਿਗਿਆਨਿਕ ਯੁੱਗ ਵਿੱਚ ਹੋਰ ਤਰੱਕੀ ਕਰ ਸਕੇਗਾ ਧੰਨਵਾਦ